بسم اللہ الرحمن الرحیم شروع اللہ کے نام سے جو بڑا مہربان اور نہایت رحم کرنے والا ہے پارٹ سیکنڈ سجنوں بیلیو شکاری بھائیو آل پاکستان پاک کشمیر پینتر گروپ دے صدر چودری اللہ دتہ نمبردار صاحب میں اج دے کول بٹھروئی ڈڈیال میرپور آزاد کشمیر دے نال پہلوان ازر پٹی صاحب ਆ ਗਫਾਰ ਭਾਈ ਵੀਰ ਸੋਨੇ ਅੱਲਾਹਤਾ ਨੰਬਰਦਾਰ ਸਾਹਿਬ ਆਈ ਜਾਨ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਭਾਈ ਕਿਤਨੀ ਦੇਰ ਤੋਂ ਸ਼ੌਕ ਕਰ ਰਹੇ ਹੋ ਸ਼ੌਕ ਜੀ ਪਹਿਲਾ ਮੈਚ ਕੀਤਾ ਸੀ ਉਸ ਲਈ ਇਹ ਯਾਦ ਹੈ ਕਿ 22-23 ਸਾਲ ਉਮਰ ਸੀ 22-23 ਸਾਲ ਉਮਰ ਸੀ ਪਹਿਲਾ ਮੈਚ ਹੀ ਕੀਤਾ ਸੀ ਤੇ ਉਸ ਤੋਂ ਪਹਿਲੇ 19 ਸਾਲ ਦਾ ਤਾਂ ਕੁੱਤਾ ਮੈਚ ਲੜਾਇਆ ਸੀ ਅੱਛਾ ਜੀ ਆਪਣਾ ਮੈਚ ذاتی ਮੈਚ ਜਿਹੜਾ ਕੀਤਾ ਸੀ ਉਹ 22 ਸਾਲ ਉਮਰ ਸੀ ਜੀ سر او دو کڑا گروپ سی جدوں میچ کیتا سی جب آپ سب تو پہلا میچ جڑا ہویا او سارے لاکی دے بندے سے اپنے لکھداری سے جی جی او سو لے گروپوں نے نوشہ نہیں ہونے سے اچھا جی صرف لاکہ بندی پر میچ ہوئی جنا سا چھیک او ایک ماتا ایک بندہ میچ کرنا سا میں بٹھوئی نہ سا تو میچ ہوئی گیا سا کہ بٹھوئی گروپ آ دعا بندہ گوڑے نہ سا تو اس مخالف گروپی جو مجھنا مین بندہ سا اللہ تعالیٰ اس کی جنہ نصیب کرے اور ریاض خان پالنا سا

ਕਿ ਰੰਗਣਾਲਾ ਇੱਕ ਬਹੁਤ ਬੜਾ ਬ੍ਰਾਂਡ ਪਾਕਿਸਤਾਨ ਦੀ ਤਾਰੀਖ ਚ ਉਹਦਾ ਬੱਚਾ ਹਲਾਕੂ ਰਾਏ ਜ਼ਿਆਉਲਾ ਸਾਹਿਬ ਚੇਅਰਮੈਨ ਆਫ ਕਮਾਲੀਆ ਉਹ ਹਲਾਕੂ ਆ ਕੇ ਲੜਿਆ ਸੀ ਜੀ ਨਹੀਂ ਲੜਿਆ ਨਹੀਂ ਉਹ ਆਂਦਾ ਸੀ ਗਰਾਊਂਡ ਜਿਆਦਾ ਜੇ ਲੜਿਆ ਨਹੀਂ ਨੇ ਕਿਉਂਕਿ ਉਹ ਰਾਜਵੇਦ ਸਾਡੇ ਪਾਸੇ ਸੀ ਅੱਛਾ ਜੀ ਉਹ ਜੇ ਰਾਤੀ ਰਾਜਵੇਦ ਉਹ ਸਾਡੇ ਪਾਸੇ ਆਏ ਤੇ ਰਾਜਨਸਾਰ ਔਰ ਕੁੱਤਾ ਲੈ ਆਏ ਮਹਿਬੂਬ ਬੋਦਰੇ ਦਾ ਕੁੱਤਾ ਜ਼ਾਕਰ ਫੁਟੇ ਹਲਾ ਕਾਣਾ ਕੁੱਤਾ ਉਹ ਜਿਹੜਾ ਪੰਜਾਬ ਵਿੱਚ ਲਾਲੋ ਲੜਿਆ ਸੀ ਥੇਲੇ ਵਾਲੇ ਕੁੱਤੇ ਨਾਲ। ਕੀ ਬਾਤ। ਉਹ ਕਾਣਾ ਕੁੱਤਾ ਇੱਧਰ ਆ ਗਿਆ ਤੇ ਇਹ ਚਲੇ ਗਏ। ਰਾਈਜ਼ ਆਉਲੇ ਕੋਲ ਕੇ ਤੂੰ ਫਿਕਸ ਕਰ ਕੁੱਤਾ 9:30 ਸਵੇਰ ਕੁੱਤਾ ਲੜਾਓ। ਹੂੰ। ਉਹ ਉਹ ਜੇ ਮੇਰਾ ਗਰੁੱਪ ਜਿਹੜਾ ਨਾ ਜਿਹੜਾ ਰਾਜਵੇਦ ਗਰੁੱਪ ਹੈ ਉਹ ਮੇਰਾ ਗਰੁੱਪ ਆ। ਮੇਰਾ ਕੁੱਤਾ ਵੈਸੇ ਆਇਆ ਸੀ ਸ਼ੋਅ ਦਿੱਤਾ ਇਹ ਮੈਂ ਕੁੱਤਾ ਨਾ ਲੜਾਉਣਾ ਇਸ ਤਰ੍ਹਾਂ। ਇਹ ਵੀ ਬੜੀ ਗੱਲ ਹੈ ਜੀ। ਮੈਂ ਕੁੱਤਾ ਨਾ ਲੜਾਉਣਾ। ਫਿਰ ਉਹ ਕੁੱਤਾ ਵਾਪਸ ਚਲਾ ਗਿਆ ਸੀ ਜਿਹੜਾ ਸਾਡਾ ਕੁੱਤਾ ਆਇਆ ਸੀ ਉਹ ਮੈਚ ਜਿੱਤੀਆ ਸੀ। اچھا اچھا سی ستان اٹھا کتا جت سی حالا مقابلے مقابلے سی سی, جت سی تھیق، تھیق، تھیق چودری صاحب، میں گیا گیا مقابلے مقابلے صاحب کہ جتنی دیر تک کشمیر چمیچ ہوئے جیدہ جیدہ سر ایتھے جی کشمیری نے بڑے سال بہت کانٹے دار مقابلے پنجاب دوسرے گروپانہ مقابلے نہیں ਸਾਰੇ ਦੀ ਵਜ੍ਹਾ ਉਹ ਵਜ੍ਹਾ ਐ ਸੀ ਜੀ ਕਿ ਇਤਿਹਾਸੋਂ ਸਾਰੇ ਇੰਗਲੈਂਡ ਹੋਣੇ ਸੀ ਸਾਰੇ ਦੀ ਇਲਾਕੇ ਨੇ ਅਬਦੁੱਲਾ ਕੇ ਚ ਦੋ ਮੈਚ ਸਾਡੇ ਬਣੀ ਜਾਣੇ ਸੀ ਜੀ ਹਰ ਸਾਲੋਂ ਸਾਲ ਇਥੇ ਜਿਹੜੀ ਵਾਲੀ ਦੋ ਮੈਚ ਹੋਣੇ ਸੀ ਠੀਕ ਇਹਨਾਂ ਮੈਚਾਂ ਵਿੱਚ ਸਾਰੇ ਕੁੱਤੇ ਲੜੇ ਡਾਕਟਰ ਖਾਲਦੀ ਵਾਲਾ ਮਸਤੂ ਵੀ ਇਥੇ ਲੜਿਆ ਅੱਛਾ ਜੀ ਪਾ ਸਭ ਮਤਲਬ ਮੈਂ ਜਿਹੜਾ ਪਾਕਿਸਤਾਨ ਦਾ ਕੋਈ ਮਸ਼ਹੂਰ ਕੁੱਤਾ ਬੱਚਿਆ ਨਹੀਂ ਜਿਹੜਾ ਇਸ ਗਰਾਊਂਡ 'ਇਹ ਨਹੀਂ ਲੜਿਆ ਸਰ ਤੁਸੀਂ ਪਾਕ ਕਸ਼ਮੀਰ ਪੈਂਥਰ ਗਰੁੱਪ ਕਦੋਂ ਬਣਾਇਆ ਜੀ ਇਹ ਜਿਹੜਾ ਲੋਕ ਬੰਦਿਆਂ ਬੂਹਾਂ ਗੁਰਪੁਰਾਣੇ ਨਾ ਰੱਖਣੇ ਸ਼ੁਰੂ ਕਰੀ ਗਿੰਦੇ ਜੀ ਤੇ ਸਾਡਾ ਮੈਚ ਪਾਬੰਦੀ ਲਾਈਫ ਨੇ ਕਿ ਖਾਨਕਿਉਮ ਨਾਲ ਕੋਈ ਬੰਦਾ ਕੁੱਤੇ ਨਹੀਂ ਲਾ ਸਕਦਾ ਆਏ ਉਸ ਦੌਰ ਵਿੱਚ ਮੈਚ ਬਣਦਾ ਸਾਡਾ ਤੇ ਸ਼ੌਕੂ ਸਦਵਾਲੀਏ ਨਾਲ ਅੱਛਾ ਜੀ ਪਪੂ ਕੁੱਤੇ ਗਿਆ ਕੁੱਤਾ ਸੜਾ ਰਿਆ ਸੀ ਨਾ ਲਖਿਆ ਜੀ ਅਸਾਂ ਉਹਨੂੰ ਮੈਚ ਬਣਾਉਣਾ ਪਿਆਣਾ ਸੀ ਜੀ ਜੀ ਅਸਾਂ ਫਿਰ ਉਹ جنہاں اس نے ڈیٹ کی دی اس نے دسیا کہ ساڑھا صدر جڑا نا خان قیوم ہے اچھا جی میں دیا صحیح کوئی فرق نہیں پڑھنا تو آڑا صدر خان قیوم ہے تو ٹھیک ہے <coughs> میں چا چاہی صحیح چاہینا ہوں <coughs> صدر خان قیوم ہے تو ٹھیک ہے جس نے وچھ ریاض خان اور صدار عمران نے میری گروپی سے اچھا جی رواتہ جی میٹنگ ہوئی اسا گلنگ کی دیا ریاض خان اور رنال کے کتے تو پینے چاہینے ہیں انہیں کتیوں بھی مطلب میں نکی موٹی نراز کی <coughs> لگی رہنی جی جی تو اچھا اس بھی آگیا کہ کتے لڑاؤ ਹੂੰ ਲੜਾਉ ਕੋ ਤੇ ਜੀ ਜੀ ਸਰਦਾਰ ਇਮਰਾਨ ਵੀ ਆ ਜੀ ਲੜਾਉਨੇ ਠੀਕ ਬਲਕੇ ਭਰਪੂਰ ਉਹਨਾਂ ਹੀ ਸਾ ਵੀ ਕਿੰਦਾ ਸਰਦਾਰ ਇਮਰਾਨ ਚਾਰ ਪੰਜ ਕੁੱਤੇ ਮੇਰੇ ਮੈਚੇਜ ਉੱਥੇ ਖੜੇ ਉਤਰਾ ਲੜੇ ਵੀ ਹੈ ਜੀ ਜੀ ਪਰ ਪੱਪੂ ਉਪਰ ਥੋੜਾ ਰੋਲਾ ਬਣੀ ਗਿਆ ਹੂੰ ਤੇ ਮੈਚ ਪਟਣ ਗਿਆ ਸੀ ਉੱਥੇ ਖਾਲ ਕੁਯਮਾ ਦਾ ਕੁੱਤਾ ਕੋਬਰਾ ਵੀ ਲੜਿਆ ਸੀ ਜੀ ਜੀ ਰਿਆਦ ਰਾਜ ਵਾਲੇ ਕਾਲੇ ਕੁੱਤੇ ਮਿਲੰਗੇ ਨਾਲ ਜੀ 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 ਇਹ ਬਰਾਬਰ ਹੋ ਇਸ ਨੇ ਜੀ ਜੋ ਉਹ ਪਮੰਦੀ ਜਿਹੜਾ ਲਾਈਨ ਉਸ ਲੈ ਸਕੀ ਗੁਰਪਾ ਨਾ ਨਖਣਾ ਪਈ ਗਿਆ ਸਰ ਉਹਨਾਂ ਇਹਨਾਂ ਮੈਚਾਂ ਚ ਜਿਸ ਤਰ੍ਹਾਂ ਤੁਸੀਂ ਕਹਿ ਜੀਏ ਖਾਨ ਕਯੂਮ ਵਾਲਾ ਕੋਬਰਾ ਹਾਂ ਜੀ ਰਿਆਜ਼ ਹਰਾਜ ਵਾਲੇ ਨਾਲ ਲੜਿਆ ਬਲਾ ਬਲਾ ਆ ਗਿਆ ਸਰ ਉਹ ਉਹ ਦਿਨ ਬਹੁਤ ਖੂਬਸੂਰਤ ਸੀ ਬਹੁਤ ਬਹੁਤ ਵੱਡਾ ਮੈਚ ਸੀ ਜੀ ਉਹ ਸ਼ੌਕ ਸ਼িকার ਦੀਆਂ ਯਾਦਾਂ ਅੱਜ ਵੀ ਉਹ ਸ਼ੌਂਕ ਸ਼িকার ਮਜ਼ਾ ਵੀ ਉਸੀ ਸੀ ਹਾਂ ਜੀ ਕਿ ਅੱਜ ਕੱਲ ਕੋਈ ਸਮਝੀ ਨਹੀਂ ਕਿਆ ਹੋਣਾ ਪਿਆ ਜੀ ਕਿਆ ਨਹੀਂ ਹੋਣਾ ਪਿਆ 100 ਤੋਂ ਉੱਤੇ ਗਰੁੱਪ ਬਣ ਗਏ ਜੀ ਗਰੁੱਪ ਇਤਨੇ ਜ਼ਿਆਦਾ ਬਣ ਗਏ ਕਿ ਉਹ ਸੁਲਤਾਨ ਕੋ ਤਲਕਾਂ ਨਾਲ ਹਰ ਬੰਦਾ ਹਰ ਪਾਸੇ ਕੁੱਤਾ ਲੈਖ ਨਾ ਸੀ ਸਰ ਤੁਹਾਡਾ ਕੋਈ ਮਸ਼ਹੂਰ ਕੁੱਤਾ ਬਾਦ ਦੇ ਵਿੱਚ ਅੱਜ ਤੋਂ 5-7 ਸਾਲ ਪਹਿਲੇ ਬਹੁਤ ਅੱਛਾ ਮੈਚ ਹੋਇਆ ਹੋਵੇ ਜਿਹਦੇ ਤੁਹਾਨੂੰ ਕਿਸੇ ਨੇ ਚੈਲੰਜ ਕੀਤਾ ਹੋਵੇ ਕਿ ਆ ਨੰਬਰਦਾਰ ਸਾਡੇ ਨਾਲ ਜੇ ਬਿਲਕੁਲ ਇਹ ਹੁਣ ਪਹਿਲੇ ਕਿ ਟੂ ਕੁੱਤਾ ਸੀ ਓਨਬੀਟਡ ਹੀ ਮਰਿਆ ਅੱਛਾ ਜੀ ਮੈਂ ਤੁਸੀਂ ਜਿੱਤੇ ਹੈ ਚਾ ਬਹੁਤ ਵੱਡਾ ਸੀ 35-36 ਦਾ ਕੁੱਤਾ ਸੀ ਜੀ ਜੀ ਉਸ ਤੋਂ ਬਾਅਦ ਸਾਡੇ ਕੋਲ ਇਹ ਦੋ ਕੁੱਤੇ ਬਹੁਤ ਅੱਛੇ ਆਏ ਬੰਟਾ ਕੁੱਤਾ ਸੀ ਜੀ ਬੰਟੇ ਦੀ ਥੋੜੀ ਕਹਾਣੀ ਦੱਸੋ ਜੀ ਬਿਸਮਿਲ੍ਲਾ ਜੀ ਜੀ ਬੰਦਾ ਕੁੱਤਾ ਜੀ ਇੱਕ ਕਿੱਥੋਂ ਹੀ ਲਿਆ ਜੀ ਕਲਰ ਸਾਈਡਾਂ ਤੋਂ ਜੀ کتا کافی قیمتی بھی سی پر چلو وہ کتا لیا پہلا میچ وہ رہیاں لی کتے کو ڈاڈا ہویا اور رہیاں کتا فاروق رہنا سی وہ بھی کتا میرے کتے کو لی ایک میچ جتیا سی رہیاں دا کتا چودری فاروق پوٹھا شیر پوٹھا شیر چودری آبد چودری بشارت جی 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 اچھا اچھا بہت اچھا کتا سی انہوں نے وہ میرے کتے تو ایک میچ جتیا سی دعا میچ پھر ایک کتا میں لڑایا بنٹا اس اس کی ماری کندہ بنٹے نے بدلہ لیا ہاں بدلہ لیا لیا سے ਜਾ ਉਸ ਬਾਅਦ ਹੀ ਮਲਕੂ ਕੁੱਤਾ ਸਰਦਾਰ ਇਮਰਾਨ ਦਾ ਆ ਰਿਹਾ ਸੀ ਇਹਨਾਂ ਨੂੰ ਕੁੱਤੇ ਤੂੰ ਬਿਸ਼ਾਦ ਫਾਰੂਕ ਵਾਲੇ ਕੁੱਤੇ ਤੂੰ ਅੱਛਾ ਜੀ ਢੋਲੀ ਕੋਲੋਂ ਅਮਈਆ ਸਰਵਾਣੇ ਲਈ ਕਾਲੇ ਕੁੱਤੇ ਤੂੰ ਇੱਕ ਮਿੰਟ ਰੋਜੀ ਹਮਾਇੋਂ ਸੇ ਰੁਆਣਾ ਆ ਸਭ ਕਾ ਉਹਨਾਂ ਨੂੰ ਕੁੱਤਾ ਸੀ ਉਹਨਾਂ ਨੇ ਕੁੱਤਾ ਚੌਧਰੀ ਫਾਰੂਕ ਨੂੰ ਦਿੱਤਾ ਜੀ ਜੀ ਧੋਨੀ ਢੋਲੀ ਆ ਧੋਨੀ ਬਿਲਕੁਲ ਕੀ ਬਾਤ ਹੈ ਬਹੁਤ ਅੱਛਾ ਕੁੱਤਾ ਸੀ ਔਰ ਉਸ ਬੜਾ ਜੀਰੂ ਹੋ ਕੇ ਮਾਰਿਆ ਮਲਕੂ ਕੁੱਤਾ ਸਰਦਾਰ ਇਮਰਾਨ ਵਾਲੇ ਨੂੰ ਅੱਛਾ ਜੀ اس طرح ہمارے اس کے انہوں خود یہ الفاظ سے کہ کتا دو سال نہیں مرنا دو دو سال ہون نہیں مرتا یہ خود ریاض خان تے صدار عمران نے بیان سے یہ اپنا رو آگے چلے گی کار بھی رہے یہ نو لکھیا ہی آگیا دوبارہ یہ دوبارہ نو لکھیا آگیا یہ گل لگی اے, حای حای جی حای جی اے بندے جینے جی ایسی کہا نہیں کئی بندے جائے جی, جی بسم اللہ میں چلو اس طرح پھر ہفتہ نہیں گزریا تو میں نے شو ہو گیا نہیں سر نہیں اس طرح نہیں ہفتہ نہیں گزریا چودری فروق بھائی

جیڑا کتا آ رہا اس نے نہیں منا جیڑا کتا لڑچی تو صرف بنٹے نہ نہیں لڑچی اسا اصل لگ میں ہیں لیکن اس لئے وہ جذبہ ہی تھی اس نے سب نہیں لگی تو اسی مزاک کر رہے ہیں مزاک کر رہے ہیں اسا ہم چودری نو آیا ہے اس کی کوئی سمجھاؤ کوئی منگنا کتا پوائنٹ کے دخلت بات ہے چودری فروغ نو ہاں اسی سمجھا لو وہ کونہ سمجھا جوشہ ہی سی جیڑا لے چاہ پانی آیا تھا چاہ جوشی سی میں یہاں آج ਕੁੱਦ ਮੇ ਦਬਾਣਾ ਪਿਆ ਕੁੱਤਾ 3 ਮਹੀਨਿਆਂ ਤੂੰ ਤੇ ਅਗਰ ਅੱਜ ਮੈਂ ਇਸ ਨੂੰ ਨਾ ਲੜਾ ਸਕਦਾ ਤੀਨ ਕੁੱਤੇ ਮਾੜੇ ਮਰੀ ਚੁਕੇ ਆ ਰਿਹਾ ਚੁਕੇ ਤੀਨ ਮੈਚ ਮੇ ਲਗਾਤਾਰ ਆ ਰਹੇ ਹੋ ਚੌਧਰੀ ਫਰੂਕ ਪੋਟਾ ਸ਼ੇਰ ਆਲਿਆਂ ਤੋਂ ਤੁਸੀਂ ਤਿੰਨ ਮੈਚ ਲਗਾਤਾਰ ਲਗਾਤਾਰ ਆ ਰਹੇ ਹੋ ਵਾਹ ਵਾਹ ਉਹ ਇੱਕ ਸੀਜ਼ਨ ਆਨੇ ਆ ਦੂਏ ਸੀਜ਼ਨ ਵੀ ਪਹਿਲਾ ਮੈਚ ਆ ਰਿਹਾ ਕਿ ਉਹਨੇ ਚੌਥਾ ਮੈਚ ਆਈ ਗਿਆ ਸਰ ਉਹਨਾਂ ਦਾ ਧੋਨੀ ਬਹੁਤ ਜ਼ੋਰਾਂ ਚ ਸੀ ਜ਼ੋਰਾਂ ਚ ਬਹੁਤ ਜ਼ੋਰ ਸੀ ਇਪੀ ਕੋਲ ਆ ਗਿਆ ਚੈਲੰਜ ਕੀਤਾ ਕਿ ਸਾਡੇ ਨਾਲ ਕੋਈ ਤਾਂ ਲੜਾਓ ਲੜਾਓ ਜੀ ਮੰਨਤਾ ਹੀ ਲੜੋ ਔਰ ਕੋਈ ਕੁਦਰੀ ਬੰਟਾਈ ਲੋ। ਉਹ ਸਾਡੇ ਕੁੱਤੇ ਤੂੰ ਜਿੱਤਿਆ ਵਾ ਗੱਲ ਵੀ ਸਹੀ ਹੈ ਸ਼ਿਕਾਰ ਵੀ ਹੈ ਬੰਦਾ ਜਿਹੜਾ ਕੁੱਤਾ ਜਿੱਤਿਆ ਵਾ ਹੈ ਬੰਦਾ ਉਸ ਨੂੰ ਮਰਵਾਇ ਦਾ ਗੱਲ ਬਣੀ। ਵਾ ਵਾ ਤੁਹਾਡਾ ਬੰਤੇ ਦੀ ਹਾਈਟ ਕਿੰਨੀ ਸੀ ਜੀ? ਇਹ 32 ਪਲੱਸ ਆ ਜੀ। ਵਾ ਵਾ ਬਹੁਤ ਬਹੁਤ ਆਈਡੀਅਲ ਵਾ 32 ਪਲੱਸ ਇਹ ਸਾਧ ਤੇ 33 ਉਹ ਸਾ। ਅੱਛਾ ਦੋਨੇ 33? ਹਾਂ 33 ਇਹ 32 ਪਲੱਸ। ਬੰਤਾ 32 ਹਾਂ ਉਹ ਬੰਤੇ ਮੰਗ ਲਿਆ ਆ ਕੇ। ਉਹ ਬਾਡੀ ਸਿੰਗਲ ਨਾ ਸੀ ਤੇ ਡਬਲ ਬਾਡੀ ਨਾ ਸੀ। ਅੱਛਾ ਜੀ। ਉਹ ਗੱਲ ਇਹਦਾ ਸ਼ਿਕਾਰ ਵਿੱਚ ਹੀ ਹੋਣਾ। ਜਿਹੜਾ ਉਸ ਫਾਰੂਕ ਕੀਤਾ ਇਹ ਬੰਨਾ ਸ਼িকার ਕੀਤਾ ਇਹਦਾ ਆ ਰਿਹਾ ਵਾ ਜਿਸ ਕੁੱਤੇ ਕੋਲ ਬੰਨਾ ਉਸਾ ਕੁੱਤੇ ਨਾਲ ਫੜਾਇਆ ਜੀ ਜੀ ਮੈਂ ਕਿਹਾ ਕਿ ਅਗਲੇ 2 ਸਾਲ ਨਸਣਾ ਹੀ ਨਹੀਂ ਹਮ ਖੈਰ ਜੋੜ ਪਈ ਗਿਆ ਕੁੱਤੇ ਦੌਣ ਤੇ ਫਿਕਸ ਹੋ ਗਿਆ ਫਿਕਸ ਹੋ ਗਿਆ 1 ਮਹੀਨਾ ਪਹਿਲੇ ਸ਼ੋ ਹੋ ਗਈ ਦੋਨੀ ਤੇ ਬੰਟਾ ਆ ਤਾਂ 11 13 ਮਿੰਟ ਲੜਾਈ ਹੋਈ ਤੇ ਬੰਟਾ ਕੁੱਤਾ ਆਪਣੇ ਵਾਲਾ ਜਿੱਤੀ ਗਿਆ ਦੋਨੀ ਨੂੰ ਮਾਰ ਲਿਆ ਮਾਰ ਲਿਆ ਸੀ ਓ ਗੁੱਡ ਬਹੁਤ ਅੱਛਾ ਕੁੱਤਾ ਸੀ ਜੀ ਉਹ ਸੋਹਣਾ ਵੀ ਬੜਾ ਸੀ ਹਮ ਉਸ ਤੋਂ ਬਾਅਦ ਅੱਛਾ ਕੁੱਤਾ ਸੀ ਮੇਰੇ ਕੋਲ ਦੁਆ ਨਵਾਬੀ ਵਾਲਾ ਮਸ਼ਤਾਕ ਨਵਾਬੀ ਵਾਲਾ ਮਸ਼ਤਾਕ ਨਵਾਬੀ ਸਾਹਿਬ ਤੋਂ ਤੁਸੀਂ ਲਿਆ ਜੀ ਹਾਂ ਜੀ ਸਾਂਭਾ ਕੁੱਤਾ ਸਰ ਉਹਦੀ ਹਾਈਟ ਉਹਦੀ ਆਂਡ ਚੀ ਤਕਰੀਬਨ 33 ਹੋਈ ਹੋਸੀ ਵਾ ਵਾ ਤੇ ਬਾਡੀ ਸਰ ਬਾਡੀ ਬਹੁਤ ਬੜੀ ਬਾਡੀ ਸੀ ਡਬਲ ਬਾਡੀ ਡਬਲ ਬਾਡੀ ਨਸੀ ਗੁੱਟ ਕੁੱਤਾ ਵੀ ਬਹੁਤ ਅੱਛਾ ਸੀ ਸਰ ਉਹ ਕਿਹੜੇ ਨਾਲ ਗੰਢੀ ਹੋਇਆ ਉਹ ਪਹਿਲਾ ਮੈਚ ਤਾਂ ਫਾਰੂਕ ਅਲੀ ਕੁੱਤੇ ਨਾਲ ਹੀ ਗੰਢੀ ਹੋਇਆ ਕਿਉਂਕਿ ਮੈਚ ਸਾਡੇ ਆਪਸ ਵਿੱਚ ਸੀ ਜੀ ਜੀ ਉਸਨੇ ਕੁਲ ਇੱਕ ਸੀ ਨਾ ਕੁੱਤਾ ਸੀ ਉਸਕੇ ਉਦੋਂ ਤਿੰਨ ਮਿੰਟਾਂ ਹੀ ਮਾਰੀ ਕਿੰਦਾ ਸੀ ਛੀਨੇ ਨੂੰ ਹਾਂ ਮੁਸਤਾਕ ਨਵਾਬੀ ਵਾਲਾ ਜਿਹੜਾ ਤੁਸੀਂ ਲਿਆ ਸੀ ਉਹਨੇ ਛੀਨੇ ਨੂੰ ਦੋ ਤਿੰਨ ਮਿੰਟਾਂ ਹੀ ਮਾਰ ਲਿਆ ਬਿਲਕੁਲ ਉਸ ਬਾਅਦ ਉਹਨਾਂ ਨੂੰ ਦੂਆ ਕੁੱਤਾ ਆਇਆ ਬਹੁਤ ਅੱਛਾ ਕੁੱਤਾ ਸੀ ਮਕਸੂਦ ਗੰਢੀ ਵਾਲਾ ਸਰਵਤਬ ਬਹੁਤ ਬੜਾ ਜਾਨਵਰ ਸੀ ਤੋ ਨਾ ਉਹ ਵੀ ਤਕਰੀਨ 33 ਦੀ ਬਾਡੀ ਉਸਦੀ ਵੀ ਬਹੁਤ ਨਹੀਂ 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 ਬਹੁਤ ਬੜੇ ਨਾਲ ਅਬੋਂ ਨਾ ਜੀ ਖਾਨ ਨੇ ਮੈਚਾਂਜ ਵੀ ਨਾ ਰਿਹਾ ਅਕਸਰਾਂ ਤੂੰ ਨੇ ਮੈਚਾਂਜ ਕੁਲਾ ਰਿਹਾ ਹਾਂਜੀ ਉਸ ਟਾਈਮ ਦਾ ਉਹ ਚੈਂਪੀਅਨ ਸੀ ਕਮੋਕੀ ਵਾਲੇ ਕੁੱਤੇ ਦੀ ਮਾਰਿਆ ਸਕਾਲੇ ਨੂੰ ਹਾਂ ਤੇ ਉਸ ਤੋਂ ਪਹਿਲੇ ਵੀ ਉਹ ਦੋ ਚਿੱਤ ਦੋ ਚਾਰ ਮੈਚ ਵਧਿਆ ਸੀ ਮਕਸੂਦਗਦੀ ਵਾਲਾ ਗਦੀਆ ਉਹ ਚੌਧਰੀ ਸਿੰਘ ਸਾਹਿਬ ਲੈ ਆਏ ਉਹ ਬੜੀ ਅਜੀਬ ਹੀ ਲੜਾਈ ਹੋਈ ਜੀ ਮਾੜੀ ਜਿੰਨੇ ਮੇ ਕੁੱਤੇ ਲੜਾਈ ਸਭ ਤੋਂ ਅਜੀਬ ਉਹ ਲੜਾਈ ਹੋਈ ਉਹ ਵਾਕਿਆ ਸੁਣਾਓ ਜੀ ਕੁੱਤਾ ਆਪਣੇ ਨਾਲ ਜਿਹੜਾ ਲੈ ਟਟਾ دو تینہ منٹہ ہی جو بات دے اس کتے پر وزن بایا تھا مارے اللہ کتہ بھی ہوش ہو گیا گادیاں آلے نے وزن پیا ہوا کتے نے چک بایا تھا با کتے اپنے نے کھلا ہوا سو so جی مدروب میں آنا نمزار جی کتا مری نہیں کیا میں جی لگنا دی ہے مری گیا چکی کنوں کتا میں چکی کنوں سے یا کتا چکی ہے دو سا کوئی ناڑ دبی اسی جی کتا ایک دم ساڑے لاؤٹی oh. کرتا اس <laughs> بات تقریب پر سولہ ستارہ منٹ لڑائی ہوئی ہے سر م... ایک منٹ رکھو جی <laughs> ਮਕਸੂਦ ਗਾਦੀ ਵਾਲਾ ਕੁੱਤਾ ਚੌਧਰੀ ਫਰੂਕ ਪੋਟਾ ਸ਼ੇਰ ਆਬਦભાઈ ਬਿਸ਼ਾਰਤભાઈ ਇਹਨਾਂ ਦੀ ਤਰਫੋਂ ਗੰਢੀ ਹੋ ਗਿਆ ਤੁਹਾਡੇ ਮਸਤਾਕ ਨਵਾਬੀ ਵਾਲੇ ਨਾਲ ਜੀ ਜੀ ਤੁਹਾਡਾ ਮਸਤਾਕ ਨਵਾਬੀ ਵਾਲਾ ਢਾ ਲੈ ਕੇ ਥੱਲੇ ਆ ਐਸਾ ਚੱਕ ਪੈ ਗਿਆ ਐਸਾ ਭਾਰ ਪੈ ਗਿਆ ਕਿ ਕੁੱਤੇ ਦਾ ਸਾਹ ਬੰਦ ਹੋ ਗਿਆ ਬਿਲਕੁਲ ਜੀ ਹਣੀ ਖਲੀ ਕੇ ਕੁੱਤੇ ਨੇ ਮੂੰਹ ਖਲੀ ਗਿਆ ਜਿੱਦਾਂ ਖੁੱਲਾ ਨਾ ਆਣਾ ਚਮਕਿਆਸ ਨਾ ਕੁਝ ਚੌਸੀ ਮਤਲੂਬ ਸਾਲਤ ਜੀ ਉਹਨਾਂ ਨੇ ਕੀ ਕਿਹਾ ਕਿ ਤੁਹਾਡਾ ਕੁੱਤਾ ਮਰ ਗਿਆ ਮਰ ਗਿਆ ਜੀ

یہ بہت اچھا کتا سی جی میرے کو مشتاق نوابی جی علا کتا جی ون جی 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 جت جی گیا جی, 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 جی او بڑا ایک ہیپن جی جی ہو گیا جی با بڑی ایک عجیب جی لڑائی ہوئی جیڑی میں اپنی اسٹری بھی ہی تک ہی کہ کتا اصلا ایک شاک ہوئی گیا کہ کتا مر گیا اور ٹھیک ہے کتا چھیکی نہیں مجھے چھیکی آنے تو کتا اٹھی کرتا سر ہوتا سا بند ہو گیا سی وہ سا چالو ہو گیا سا بند ہو گیا کتا نے وزن پیا پی یاد ہے کوئی نار شاڑی یا جی بند ہوئی کی اس نہیں سا بلکل بند سی ਸਰ ਆਪਣੀ ਲਾਈਫ ਚ ਕਦੀ ਸਾਲਸ ਖੜੇ ਹੋਇਓ ਜੇ ਮੈਂ ਕਿਹੜਾ ਦਫਾ ਤਕਰੀਬਨ ਖੜਾ ਹੋਇਆ ਕਿ ਜਗ੍ਹਾ ਚਕਵਾਲੀ ਅੱਛਾ ਜੀ ਸ਼ੌਕੂਦ ਸਦਵਾਲੀ ਜਨਾਨੀ ਕਲੀਅਰ ਜੀ ਤਾਂ ਕ੍ਰੈਸ਼ਿੰਗ ਲੱਗਿਆ ਸੀ ਆ ਬਿਲਕੁਲ ਜਿੱਦਾਂ ਆਪ ਲੋਕ ਉਤਾ ਲੜਿਆ ਬ੍ਰੀਟਾ ਸ਼ਾਹਨੀ ਮਿਰਵਾਲੀ ਤਰਫੋਂ ਹੀ ਸਾਲਸ ਕਰਤੀ ਆ ਅੱਛਾ ਸਰ ਕਿਹਦਾ ਤਜਰਬਾ ਸਾਲ ਸੀਦਾ ਸਾਲਸੀ ਤਾਂ ਹੋਣੀ ਜੀ ਕਿ ਦੂਆ ਸਾਲਸ ਵੀ ਅੱਛਾ ਹੋਇਆ ਤੇ ਲੋਬਲੀਓ ਸਰ ਲੋ ਸਰੇ ਸ਼ਿਕਾਰੀ 1 ਕਰੋੜ ਕਰੋੜ ਦੀ ਗੱਲ ਕਰਦੇ ਚੌਧਰੀ ਅੱਲਾਹਤ ਨੰਬਰਦਾਰ ਸਾਹਿਬ ਨੇ 10 ਕਰੋੜ ਦੀ ਗੱਲ ਕੀਤੀ ਹੈ ਕਿ ਸਾਲਸੀ ਦਾ ਮਜ਼ਾ ਆਂਦਾ ਹੈ ਤੁਹਾਡੇ ਨਾਲ ਜਿਹੜਾ ਸਾਲਸ ਖੜਾ ਉਹ ਵੀ ਜਣਾ ਹੋਵੇ ਜਣਾ ਹੋਵੇ ਉਹਦੀ ਵੀ ਜੱਜਮੈਂਟ ਉਹਦੀ ਅਕਲ ਉਹ ਤੜਾ ਨਾ ਤੜਾ ਨਾ ਕਰ ਜੇ ਆਪਣਾ ਨਸਣਾ ਹੋਇਆ ਤਾਂ ਕੋ ਨੀ 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 ਤੇ ਦੂਏ ਨਾਲ ਕੋਰ ਕਰਦਾ ਹੋ ਬੋਲੀ ਗਿਆ ਬੋਲੀ ਗਿਆ ਇਹ ਡਰਾਮੇ ਨਹੀਂ ਦੇ ਬੰਦੇ ਇਹ ਨਹੀਂ ਕਰਨੇ ਚਾਹੀਦੇ ਡਰਾਮੇ ਨਹੀਂ ਕਰਨੇ ਚਾਹੀਦੇ ਜਦੋਂ ਸਾਲਸ ਖਲੀ ਗਈ ਹੋ ਤਾਂ ਫਿਰ ਆਪਣੇ ਇਮਾਨ ਉੱਪਰ ਜਿਹੜਾ ਸੱਚਾ ਫੈਸਲਾ ਤੁਸੀਂ ਦਿਓ ਹਮ ਲੇਕਿਨ ਚਾ ਮੈਂ ਤਾਂ ਕਿਹਾ ਕਿ ਕਈਆਂ ਵਿੱਚ ਤਾਂ ਬਿਲਕੁਲ ਗੱਲ ਹੀ ਕੋਈ ਨਹੀਂ ਸਰ ਇੱਕ ਹੋਰ ਸਵਾਲ ਬਣਾ ਮੁਸ਼ਕਿਲ ਤੁਹਾਡੇ ਕਦੀ ਕਿਸੇ ਦੋਸਤ ਨੇ ਤੁਹਾਡੇ ਕਿਸੇ ਬਹੁਤ ਅੱਛੇ ਜਾਨਵਰ ਤੋਂ ਕੁੱਤੀ ਕਰਾਸ ਕਰਾਈ ਹੋਵੇ ਜੇ ਕਰਾਈਆਂ ਨੇ ਸਰ ਦੋਸਤੋਂ ਤੋਂ ਬਗਾਇਰ ਵੀ ਕਰਾਈਆਂ ਨੇ ਸਰ ਉਹ ਉਹ ਮੁਕਰ ਗਿਆ ਹੋਵੇ ਤੇ ਜੀ ਕੁੱਤੀ ਨਹੀਂ ਸੋਈ ਝੂਠ ਬੋਲ ਗਿਆ ਹੋਵੇ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਕੋਈ ਨਹੀਂ راجہ مٹھو صاحب استان میں آلے جی انہوں نے نے کتے دا فوٹو پہ اچھا جی وہ میرے کتے بنتے یار شکل سی تھے میں راجی ایک فوٹو بھی پہ جیا نہیں تھے کیا کتا آیا اے بندے ایک رکھنے آخرنے کے کتو آٹے کتے دا بنتے دا بچا واہ ایک کتا ادھر دا گجرات آلی سائٹ دے یہ کجرات آلی سائٹ دے یا میں سیدھا دا اس نے کیا راجی کی امزا کر رہے ہو کتا میرا آیا دا بچا اس نے ادھر کتر چلا گیا یہ ہمیں مارنے پہ اچھا جی

ਜਿਵੇਂ ਸ਼ਿਕਰਾ ਮੈਂ ਕੁੱਤੀ ਲੈ ਕੇ ਆਇਆ ਸੀ ਤੇ ਮੈਨੂੰ 3 ਮਹੀਨੇ ਚੋਂ 5 ਤੋਂ ਬਾਅਦ ਮੈਚਾ ਜੀ ਮਿਲਿਆ ਮਸੂਬ ਪੁੱਛਿਆ ਉਹ ਕੁੱਤੀ ਸੂਈ ਜੀ ਦੋ ਅੜਾ ਕੁੱਤੀ ਸੂਈ ਕੋਣੀ ਤੇਰੇ ਉਹ ਕੁੱਤੀ ਮਸੂਬ ਹੀ ਤੇ ਬੱਚਾ ਉਸ ਕੁੱਤੀ ਦਾ ਓਏ ਓਹ ਬਿਲਕੁਲ ਇਹ ਵੋਇਆ ਜੀ ਵਾਕਿਆ ਸਰ ਉਹ ਝੋਟ ਬੋਲ ਗਏ ਬਸ ਇਹ ਅੱਜ ਕੱਲ ਚੱਲਣਾ ਕੰਮ ਸਰ ਬੰਟੇ ਦਾ ਉਹ ਬੱਚਾ ਜਿਹੜਾ ਬੱਚਾ ਸੀ ਜੀ ਹਾਂ ਜੀ ਸਿਰ ਨਾਲ ਕਿਹਦਾ ਲੜਿਆ ਜੀ ਬਹੁਤ ਅੱਛਾ ਤਪਣਾ ਪਿੰਨਾ ਵੀ ਜੀ ਮੈਚ ਵੀ ਲੜਿਆ ਉਹ ਮਿੱਟੂ ਇਸ ਨੂੰ ਬਿਹਤਰ ਜਾਨਣਾ ਸੀ ਮੈਂ ਉਹਨਾਂ ਬੰਦੇ ਕਾਢੀ ਮਾੜੀ ਵਾਕ ਵੀ ਸੀ ਹੋਸ਼ਪੀਰ ਸਿਕਰਟ ਥਰੂ ਆਏ ਹੂੰ ਕੁੱਤੀ ਮਲਾਈ ਤੇ ਚਲੇ ਗਏ ਪੀਰ ਦੁਆ ਆਇਆ ਸੀ ਇਦਰ ਅਲੀ ਸ਼ਾ ਹੂੰ ਉਸ ਵੀ ਕੁੱਤੀ ਮਾਂ ਖੜੀ ਇਸਾ ਬੰਦੇ ਤੋਂ ਹੂੰ ਜਿਹੜਾ ਲੈ ਮਰਤਾ ਸਹੀ ਜੋ ਬਣ ਨਹੀਂ ਸੀ ਤੇ ਮੇਰੇ ਦੋਸਤ ਰਾਜਾ ਫਾਰੂਕ ਹੋਰੇ ਉਹਨਾਂ ਨੇ ਮੈਨੂੰ ਫੋਨ ਕੀਤਾ ਯਾਰ ਮੈਂ ਬੰਦੇ ਤੁਹਾਡੇ ਸੁੱਤੂ ਸੁਤਾ ਹੋਇਆ ਮੈਂ ਬੰਦੇ ਮੰਗਵਾਈ ਕਿਤੇ ਬੰਦੇ ਬੜੇ ਦੂਰ ਆਏ ਹੂੰ ਮਲਤਾਨ ਤੋਂ ਕੁੱਤੀ ਲੈ ਕੇ ਆਈਗੀ ਉਹ ਜਾਂ ਵੀ ਘਾਰ ਨਹੀਂ ਜਾਣੇ ਪਿਓ ਆਣੇ ਰਸਤੇ ਵੀ ਜੀ ਆਂਦੇ ਨਾ ਤੋੜੂ ਆਂਡ ਹੋਇਆ ਐਡਾ ਬੜਾ ਕੁੱਤਾ ਕੂਣ ਛੋੜ ਸੀ ਹੂੰ تو ذرا پوچھو نمدار جی آئے نمبر ہے انہوں نے میں فون کی میں پائی جی کتے آئے تھے میں چلے جو کتا کتی تھی چھوڑ سا ہوں سر کوئی ایسا جانور تو مخالف گروپ دا جی جی کو پنجابی چکن نا بڑا تونہ تونہ کے لڑیا آہ بلکل جی سر تھانو انہوں جنہیں بہت ٹف ٹیم دیتا ہوئے بڑا برپور مقابلہ کیتا ہوئے کوئی ایسا جانور دسو تو اڈے دا آنا جو انہوں نے کتا اچھا لڑی گیا جی میرے خلاف بشارت تفاروک رہنا اچھا جی دماغہ کتا سی اچھا ਉਹ ਵੀ ਤਾਂ ਗ੍ਰੀਮਾ ਸਾਡੇ ਤਰੀ ਹੋਇਆ ਸ਼ਾਇਦ 33 33 ਨਹੀਂ ਸੀ 3 ਸੀ ਸਾਡੇ 3 ਬੜੀ ਬਾਡੀ ਸੀ ਉਸ ਕੁੱਤੇ ਦੀ ਹੂੰ ਉਹ ਤਿੰਨ ਮੈਚ ਮੇਰੇ ਕੋਲੋਂ ਜਿੱਤੇ ਆ ਚੰਗਾ ਪਿਹੜਿਆ ਬੁੱਤਾ ਜੀ ਧਮਾਕਾ ਦਮਾ ਕਾ ਹੋ ਗਈ ਬਾ ਬੜਾ ਬਿਹੜਿਆ ਚੌਧਰੀ ਬਿਸ਼ਾਰਤ ਜੀ ਹੋ ਗਿਆ ਉਹ ਤਾਂ ਸ਼ੇਰ ਚੌਧਰੀ ਫਰੂਕ ਉਹ ਚੱਲ ਰਿਹਾ ਤੇ ਬਾਕੀ ਇੱਕ ਛੋਟਾ ਜਿਹਾ ਕੁੱਤਾ ਸੀ ਚੌਧਰੀ ਤਨਵੀਰ ਨਾ ਕਲਰ ਸਈਦਾਂ ਨੇ ਨਾ ਉਹ ਵੀ ਚੰਗਾ ਟਫ ਟਾਈਮ ਅਸੀਂ ਦੇ ਹੀ ਗਿਆ ਬਾਦੀ ਜੀ ਸਰ ਉਹਦਾ ਕੀ ਨਾਂ ਸੀ ਜੀ ਮਾਛੀਆਂ ਵਾਲਾ ਕੁੱਤਾ ਜੀ ਮਾਛੀਆਂ ਵਾਲਾ ਕੁੱਤਾ ਚੌਧਰੀ تنویر ਆਫ ਕਲਰ ਸੈਦਾਂ ਜੀ ਜੀ ਬਹੁਤ ਅੱਛਾ ਉਹਨੇ ਬਹੁਤ ਟਫ ਟਾਈਮ ਦਿੱਤੇ ਸਰ ਤੁਹਾਨੂੰ ਵੀ ਜਿੱਤਿਆ ਜੇ ਮਾਛੀਆਂ ਵਾਲਾ ਕੁੱਤਾ ਜੀ ਜੀ ਤੁਹਾਡੇ ਜਾਨਵਰ ਤੋਂ ਵੀ ਜਿੱਤਿਆ ਇਹ ਮੇਰੇ ਹੀ ਜਾਨਵਰ ਲੇਕਿਨ ਉਹ ਮੇਰਾ ਦੋਸਤ ਹੈ ਤੌਫੀਕ ਉੱਤਿਆਰ ਉਹ ਹੀ ਕੰਨਸਾ ਹੁਸੈਨ ਸੀ ਚੌਧਰੀ ਤੌਫੀਕ ਤੌਫੀਕ ਉਰਫ ਭੀਕਾ ਰਾਇਸ ਆਜ਼ਮ ਛਪਰਾ ਉਹਨਾਂ ਨੇ ਕੁੱਤੇ ਨੂੰ ਜਿੱਤਿਆ ਸਰ ਕਸ਼ਮੀਰ ਚ ਜਿੰਨੇ ਵੀ ਮੈਚ ਹੋਏ ਜੀ ਜੀ ਫਿਰ ਪਾਬੰਦੀ ਲੱਗ ਗਈ ਜੀ ਜੀ

ਵਾਜੀ ਹੋ ਜਾ। ਨਾਲ ਸਰ ਉੱਥੇ ਕਿਹੜਾ ਜਾਨਵਰ ਲੜਾਇਆ ਸੀ ਤੁਸੀਂ? ਉੱਚਾ ਮੇਲਾ ਜਾਨਵਰ ਕਉਣ ਚੁੱਕ ਲਿਆ। ਅੱਛਾ ਜੀ। ਉੱਚਾ ਕੁੱਤੇ ਉਹਨਾਂ ਨੇ ਲੜੇ ਸੀ ਤਾਜ ਮੁਗੀ ਨਾਲ ਮੈਚ ਸੀ ਤੇ ਚੌਦੀ ਮਤਲੂਬ ਨਾ ਸੀ। ਸਰ ਇੱਕ ਆਖਰੀ ਖੂਬਸੂਰਤ ਸਵਾਲ ਜੀ ਜੀ। ਤੁਹਾਡਾ ਕਸ਼ਮੀਰੀ ਭਾਈਆਂ ਦਾ ਇੱਕ ਸਟਾਈਲ ਹੈ। ਮੁਕਾਬਲਾ ਜਿੱਤਣ ਤੋਂ ਬਾਅਦ ਢੋਲਤੇ ਪੰਗੜਾ ਛੰਗੜਾ। ਜੀ ਜੀ। ਸਰ ਸੈਲੀਬ੍ਰੇਸ਼ਨ। ਸੈਲੀਬ੍ਰੇਟ ਕਰਦੇ ਹੋ। ਖੁਸ਼ੀ ਬੰਦਾ ਉਹ ਬੜਾ ਖੂਬਸੂਰਤ ਹੁੰਦਾ ਜੀ। ਜੀ ਜੀ।

ਸਰ ਮਜ਼ਾ ਇਸ ਗਲੇ ਬਹੁਤ ਮਜ਼ਾ ਸੀ ਜੀ ਆਣਾ ਜਿੱਤਾਂ ਵੀ ਬਹੁ ਹੋਈਆਂ ਇਹ ਨਹੀਂ ਕਿ ਜਿੰਨੇ ਹੀ ਆ ਰਹੇ ਬੇ ਜ਼ਿਆਦਾ ਜ਼ਿਆਦਾ ਆ ਰਹੇ ਜੀ 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 ਕਮ ਜਿੱਤੇ ਕੁੱਤੇ ਲੇਕਨ ਮਜ਼ਾ ਆਇਆ ਜੀ ਮਾਨਾ ਸਰ 24 ਤਾ ਉੜੇ ਜਾਂ ਆ ਜਿੱਤ ਹੁਣੀ ਜਾਂ ਕੁੱਤਿਆਂ ਚ ਦੋ ਲੜਸਣ ਤਾਂ ਸਰ ਇੱਕ ਬੜਾ ਮੁਸ਼ਕਲ ਜਿਹਾ ਸਵਾਲ ਕਰਾਂ ਕਰੋ ਜੀ ਕੋਈ ਵੀ ਕਰੋ ਤੁਹਾਡੇ ਗਰੁੱਪ ਚ ਦਿਜੀ ਮੈਚ ਆਲੇ ਦਿਨ ਜਾਂ ਮੈਚ ਤੋਂ ਇੱਕ ਦਿਨ ਪਹਿਲੇ ਤੁਹਾਡੇ ਗਰੁੱਪ ਦਾ ਕਿਹੜਾ ਸਾਥੀ ਜਿਹਦੇ ਨਾਲ ਤੁਸੀਂ ਅੰਦਰਲੀਆ ਗੱਲਾਂ ਕਰ ਲੈਂਦੇ ਹੋ ਮੈਚ ਦੇ ਬਾਰੇ ਚ ਜਿਹੜਾ ਜਿਹੜਾ ਤੁਸੀਂ ਸਮਝਦੋ ਵੀ ਹਾਂ ਇਹ ਮੈਂ ਇਹਦੇ ਨਾਲ ਕਰਾਂਗਾ ਤਾਂ ਅਸੀਂ ਬਿਹਤਰ ਸਿਲੈਕਸ਼ਨ ਕਰ ਸਕਾਂਗੇ ਸਾਥੀ ਜੀ ਮੈਚ ਦੇ ਸਾਰੇ ਸਾਥੀ ਇਹ ਸਾਰੇ ਭਰਾ ਆ ਐਸੀ ਗੱਲ ਨਹੀਂ ਗੱਭ ਸ਼ਬ ਮਤਲਬ ਹੈ ਪੱਟੀ ਹੋਰੇ ਜ਼ਿਆਦਾਤਰ ਇਹ ਹੀ ਮਾੜੀ ਕੋ ਲੋਣਾ ਇੱਛਾ ਵੀ ਤੇ ਉੱਥੇ ਵੀ ਸਰ ਤੁਸੀਂ ਸਦਰੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ ਬਾਕੀ ਦੇ ਚੇਅਰਮੈਨ ਸਾਹਿਬ ਵੀ ਚੋਰੀ ਆ ਸਾਹ ਹਾਂ ਚੋ ਪ੍ਰਵੇਸ਼ ਸਾਹਿਬ ਨੇ ਜੀ ਜੀ ਤੌਫੀਕ ਸਾਹਿਬ ਵੀ ਜੀ ਜੀ ਇਸਟੂਡੀਓ ਆ ਪੱਟੀ ਸਾਹਿਬ ਨੇ ਇੱਕ ਮੈਨਿਸਾਇਆ ਸਕੰਦਰ ਲੋਡੀ ਆ ਹੂੰ

ਸ਼ੌਕ ਸ਼ਕਾਰ ਤੇ ਤੁਹਾਡਾ ਨਾਮ ਬਣ ਜਾਏ ਨਾਂ ਬਣੇ ਨਾ ਤਾਂ ਹੀ ਬਨੋ ਜਨੂਾਰ ਚੰਗੇ ਹੋਣ ਤੇ ਕਲੇਜਾ ਚੰਗਾ ਹੋਵੇ ਆ ਅਸਾ ਕਲੇਜਾ ਹੋਸੀ ਤਾਂ ਨਾਂ ਆਪਣੇ ਆਪ ਬਣ ਜਾਸੀ ਕਪੜੇ ਫਰਨੇ ਨੇ ਲੋਕਣੇ ਚਾਰ ਬੰਦਾ ਤੁਹਾਲੇ ਕੋ ਨਸੀ ਕਿ ਜੇ ਕਪੜੇ ਤੇ ਬਚਾਓ ਇਹ ਪੈਨ ਤੂ ਕਾਰ ਵੀ ਲੰਗੇ ਜਾਸਾ ਪਿਆਰੇ ਪਾਕਿਸਤਾਨੀਓ ਚੌਧਰੀ ਅੱਲਾਹਤਾ ਨੰਬਰਦਾਰ ਸਾਹਿਬ ਦੀਆਂ ਬਹੁਤ ਖੂਬਸੂਰਤ ਗੱਲਾਂ ਸਦਰ ਪਾਕ ਕਸ਼ਮੀਰ ਪੈਂਥਰ ਗਰੂਪ ਮੈਂ ਅੱਜ ਇਹਨਾਂ ਦੇ ਕੋਲ ਆਇਆ ਜੀ ਤੁਹਾਡੇ ਅੱਛੇ ਟਾਈਮ ਲਈ ਸ਼ੌਕ ਸ਼ਿਕਾਰ ਨੂੰ ਪ੍ਰਮੋਟ ਕਰਨ ਲਈ ਬਹੁਤ ਮਜ਼ਾ ਆਇਆ ਨੰਬਰਦਾਰ ਜੀ ਸਪੈਸ਼ਲੀ ਬਹੁਤ ਸ਼ੁਕਰੀਆ ਅੱਲਾ ਤੁਹਾਨੂੰ ਖੁਸ਼ ਰੱਖੇ ਤੁਹਾਡਾ ਵੀ ਸ਼ੁਕਰੀਆ ਜੀ ਜਿਹੜੇ ਆਇਓ ਜੀ ਬਿਸਮਿਲਲਾ ਜੀ ਮੇਰੀ ਖਵਾਹਿਸ਼ ਸੀ ਜੀ ਕਿ ਮੈਂ ਆਪਣੇ ਪਾਕਿਸਤਾਨ ਦੇ ਕਸ਼ਮੀਰੀ ਭਾਈ ਜਿਹੜੇ ਬ੍ਰਾਂਡ ਪਾਕ ਕਸ਼ਮੀਰ ਪੈਂਥਰ ਗਰੁੱਪ ਦੇ ਬਹੁਤ ਖੂਬਸੂਰਤ ਸਾਥੀ ਇਹਨਾਂ ਨਾਲ ਮਿਲਾਂ ਇਹਨਾਂ ਦੇ ਇੰਟਰਵਿਊ ਕਰਾਂ ਬਹੁਤ ਮਜ਼ਾ ਆਇਆ ਜੀ ਆਲ ਪਾਕਿਸਤਾਨ ਪਾਕ ਕਸ਼ਮੀਰ ਪੈਂਥਰ ਗਰੁੱਪ ਜ਼ਿੰਦਾਬਾਦ ਆਜ਼ਾਦ ਕਸ਼ਮੀਰ ਮੀਰਪੁਰ ਆਜ਼ਾਦ ਕਸ਼ਮੀਰ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ